ਲੋਕੀ ਵਿਆਹ ਦੇਣ ਤੀਆਂ ਰਹਿਮਤ ਹੁੰਦੀਆਂ ਨੇ, ਪਰ ਮੇਰੇ ਹੱਲ ਜਿੱਦਣ ਦੀ ਆਈ ਹੈ ਮੇਰੇ ਦੀਰ ਰਹਿਮਤ ਬਣ ਕੇ ਆ ਗਈ, ਨਾ ਰਾਹ ਸੀ ਤੇ ਨਾ ਮੇਰਾ ਘਰ ਉੱਜੜ ਸੀ, ਮੇਰਾ ਤਾਂ ਦਿਲ ਹੀ ਆਉਂਦਾ ਇਹਨੂੰ ਤੇ ਬੰਦਾ ਫਾ ਦੇ ਕਿਸੇ ਪਾਸੇ ਮਕਾ ਛੜੇ ਨਾ, ਉਹ ਚੰਗੀ ਗੱਲ, ਮੇਰਾ ਨਾ ਰਾਹ ਸੀ ਤੇ ਨਾ ਮੇਰਾ ਘਰ ਉੱਜੜ ਸੀ। ਕੀ ਕਰਦੀ ਪਈ ਹੈ, ਇਹਨੂੰ ਮਰੇ ਕੀ ਕਰਦੀ ਪਈ, ਮੈਂ ਇਹਨੂੰ ਮਰੇ ਨਾ ਰਾਹ ਸੀ ਤੇ ਨਾ ਮੇਰਾ ਘਰ ਉੱਜੜ ਸੀ, ਮਰਨਾ ਤੋਂ ਮੇਰੀ ਦੇਹ ਤੇ ਮੈਂ ਲੈਣ ਆ ਗਿਆ ਮੈਂ ਗਲਤੀ ਦੀ ਮਾਫੀ ਮੰਗਦਾ, ਮੈਨੂੰ ਮਾਫੀ ਦੇ, ਸਮਝ ਆਈ ਏ, ਮੈਨੂੰ ਸਾਹ ਹੁਣ ਆਇਆ ਮੇਰੀ ਗਲਤੀ ਦਾ, ਮੈਨੂੰ ਅੱਗੇ ਨਾ ਪਤਾ ਗਿਆ, ਸਮਝ ਆਈ ਏ, ਜੇ ਸਮਾਂ ਵੇਖ ਕੇ ਆਇਆ ਮੈਨੂੰ ਸਾਰਾ ਪਤਾ ਲੱਗ ਗਿਆ, ਦੀਆਂ ਅੱਲਾ ਦੀ ਰਹਿਮਤ ਹੁੰਦੀਆਂ ਨੂੰ, ਮੈਂ ਅੱਲਾ ਦੀ ਰਹਿਮਤ, ਮੈਂ ਮਾਫੀ ਦੇ, ਅੱਛਾ ਮੈਂ ਮਾਫੀ ਮੰਗਦਾ, ਸਮਝ ਆਈ ਏ, ਚਲੋ ਸ਼ੁਕਰ ਹੈ ਤੁਹਾਨੂੰ ਸਾਹਸ ਇਸ ਗੱਲ ਦਾ ਹੋ ਗਿਆ ਕਿ ਤੀਆਂ ਰਹਿਮਤ ਹੁੰਦੀ ਰਹਿਮਤ ਨਹੀਂ ਹੁੰਦੀ, ਮੈਨੂੰ ਹੀ ਪਤਾ ਲੱਗ ਗਿਆ, ਮੈਂ ਗਲਤੀ ਦੀ ਮਾਫੀ ਮੰਗਦਾ ਪਿਆ, ਮੈਨੂੰ ਮਾਫੀ ਦੇ, ਅੱਛਾ ਸੋਇਆ ਖਾਨੇ ਛੱਦ ਕਰ ਛੋਨਾ ਜੇ ਕਾਕਾ ਆਏ ਛੋਨੀ ਬਿੱਲੀ ਆਈ ਏ, ਇਹ ਛੱਦ ਕਰ ਲੱਗ ਰਹਿਮਤ ਆ ਗਈ ਏ, ਛੱਦ ਕਰ ਛੋਨਾ ਜੇ ਕਾਕਾ ਆ ਗਿਆ ਏ, ਕਿੱਦਾਂ ਪਾਰਾ ਏ, ਇਹ ਸੋਇਆ ਫਾਤਮਾ ਏ, ਸਾਡੇ ਘਰ ਅੱਲਾ ਦਾ ਸ਼ੁਕਰ ਏ, ਸੋਹਣੀ ਸੋਹਣੀ ਕਾਕੀ ਆ ਗਈ ਏ, ਅੱਲਾ ਦੀ ਰਹਿਮਤ ਆ ਗਈ ਏ, ਸੋਹਣੀ ਕਾਕੀ ਏ, ਕਿੱਦਾਂ ਪਾ ਰਿਹਾ ਕਾਕਾ, ਸੋਇਆ ਫਾਤਮਾ ਏ, ਸੋਇਆ ਖਾਨ ਏ, ਕਿੱਦਾਂ ਛੋਲਾ ਪਾ ਰਿਹਾ ਕਾਕਾ ਏ, ਸਾਡਾ ਜੋਇਆ ਜੋਇਆ ਲੱਗੀ ਹੋਈ ਏ, ਸਮਝ ਆਈ, ਮੈਂ ਤੇ ਨਾ ਕਿਹਾ ਮੈਨੂੰ ਬੱਚੀ ਨਹੀਂ ਚਾਹੀਦੀ, ਮੈਨੂੰ ਬੱਚਾ ਚਾਹੀਦਾ ਹੈ, ਜੋਇਆ ਜੋਇਆ ਹੁੰਦੀ ਪਈ ਏ, ਕਿਉਂ ਕੁੜੀਂਦੀ ਹੋ ਪਏ ਤੀਆਂ, ਅੱਲਾ ਦੀ ਰਹਿਮਤ, ਮੈਂ ਨਹੀਂ ਕੁੜੀਂਦਾ ਪਿਆ, ਮੈਨੂੰ ਬੇਟਾ ਚਾਹੀਦਾ, ਉੱਠ ਜਾ, ਉੱਠ, ਅੱਲਾ ਦੀ ਰਹਿਮਤ ਹੁੰਦੀ ਹੈ, ਅੱਲਾ ਦੀ ਰਹਿਮਤ ਹੁੰਦੀ ਹੈ, ਲੇਕਿਨ ਮੈਨੂੰ ਬੇਟਾ ਚਾਹੀਦਾ, ਗੱਲ ਹੈ ਇਹ, ਮੇਰੇ ਵਾਸਤੇ ਵੀ ਤੇ ਆ, ਤੇਰੇ ਵਾਸਤੇ ਕੋਈ ਨਹੀਂ, ਉਤਾ ਉਠੀ ਨਾ, ਆਸ਼ਾ ਪਰਚਾ ਨਿਕੇ ਲਈ, ਉਠੀ ਉਠੀ ਜਲਦੀ ਕਰ, ਮੇਰੇ ਬੂਆ ਜਿਹਦਾ ਨਾਮ ਹੈ ਬੇਟੀ ਨਾਲ ਨਾ ਲੈ ਕੇ ਮਤਲਬ ਨਾ ਛੱਡੇ, ਮੈਨੂੰ ਬੇਟਾ ਚਾਹੀਦਾ, ਮੇਰਾ ਤੇ ਗੁਨਾਹ ਕੋਈ ਨਹੀਂ, ਤੇ ਤੇਰਾ ਗੁਨਾਹ ਕੋਈ ਨਹੀਂ, ਜਿਹੜੀ ਗੱਲ ਮੈਂ ਕੀਤੀ ਉਹ ਸੁਣ, ਬਸ ਉਠ ਤਾਂ ਉਠੀ ਜਲਦੀ ਕਰ, ਬੱਚੀਆਂ ਅੱਲਾ ਤਾਲਾ ਦੀ ਰਹਿਮਤ ਹੁੰਦੀਆਂ ਨੇ।